ਖਾਸਕਰ ਹੈਲਥ ਨੂੰ ਲੈ ਕੇ ਵੀ ਜਿਹੜੇ ਟੈਸਟ ਹੁੰਦੇ ਨੇ ਵੀ ਉੱਥੇ ਸਾਰੇ ਅਵੇਲੇਬਲ ਨੇ ਅਤੇ ਸਾਰੇ ਪਾਸਿਓ ਘੱਟ ਰੇਟਾਂ ਦੇ ਵਿੱਚ ਸਾਰੇ ਸਰ ਏ ਟੂ ਜੈਡ ਜਿਹੜਾ ਮਰਜ਼ੀ ਟੈਸਟ ਲਾ ਲਓ ਤੁਸੀਂ ਸਾਰੇ ਅਵੇਲੇਬਲ ਆ ਸਰ ਸਾਡੇ ਕੋਲ ਸਿਟੀ ਬ੍ਰੇਨ ਦਾ ਤੁਸੀਂ ਲਾ ਲਓ ਰੇਟ ਲਾ ਲਓ 551 ਰੇਟ ਹੈ ਤਾਂ ਬਾਹਰ ਦੇ ਅਕੋਰਡਿੰਗ ਸਰ ਬਹੁਤ ਘੱਟ ਰੇਟ ਹੈ 4 ਗੁਣਾ 5 ਗੁਣਾ ਦਾ ਫਰਕ ਹੈ ਸਰ ਮੇਰੇ ਕੋਲ ਤੁਸੀਂ ਬਾਹਰ ਜਾਂਦੇ ਹੋ ਬਹੁਤ ਚਾਰਾ ਖਰਚਾ ਕਰਦੇ ਹੋ ਇੱਕ ਚਾਂਸ ਇੱਕ ਵਾਰੀ ਰਿਕੁਐਸਟ ਹੈ ਸਾਰਿਆਂ ਅੱਗੇ ਮੇਰਾ 'ਚ ਕੋਈ ਪਰਸਨਲ ਫਾਇਦਾ ਨਹੀਂ ਹੈਗਾ ਮੈਂ ਤੁਹਾਡੇ ਸਾਡੀ ਕੰਪਨੀ ਤੁਹਾਡੇ ਸੇਵਾ ਵਾਸਤੇ ਆਈ ਹੈ ਕੁਛ ਪੇਸ਼ੈਂਟਸ ਕੋਈ ਵੀ ਹੋਵੇ ਜਿੱਦਾਂ ਦਾ ਮਰਜ਼ੀ ਪੇਸ਼ੈਂਟ ਹੋਵੇ ਤੁਹਾਡੇ ਕੋਲ ਆ ਸਕਦਾ ਹਾਂਜੀ ਹਾਂਜੀ ਸਰ ਕੋਈ ਵੀ ਹੋਵੇ ਪੇਸ਼ੈਂਟ ਕੋਈ ਇੱਦਾਂ ਦੀ ਦਿੱਕਤ ਨਹੀਂ ਕਿ ਸਿਵਲ ਤੋਂ ਹੋਵੇ ਜਿਹੜੇ ਮਰਜ਼ੀ ਡਾਕਟਰ ਤੋਂ ਰਿਟਰਨ 'ਚ ਹੋਵੇ ਆਪਾਂ ਸਕੈਨ ਕਰ ਦਿੰਦੇ ਡਾਕਟਰਸ ਦਾ ਇਹੀ ਹੁੰਦਾ ਲੋਕਾਂ ਦਾ ਇਹੀ ਹੁੰਦਾ ਕਿ ਮਤਲਬ ਜ਼ਿਆਦਾ ਤੋਂ ਜ਼ਿਆਦਾ ਪੇਸ਼ੈਂਟ ਤੋਂ ਮਤਲਬ ਕਰੀਏ ਆਪਾਂ ਪੈਸੇ ਲਈਏ ਠੀਕ ਹੈ ਪਰ ਸਾਡਾ ਕੁਛ ਇੱਦਾਂ ਨਹੀਂ ਹੈਗਾ ਟਾਈਮਿੰਗ ਦੀ ਗੱਲ ਕਰੀਏ ਟਾਈਮਿੰਗ ਕੋਈ ਨਹੀਂ ਹੈ ਜਦੋਂ ਮਰਜ਼ੀ ਆ ਸਕਦਾ ਜਦੋਂ ਮਰਜ਼ੀ ਆ ਸਕਦਾ ਸਰ ਕੋਈ ਇਸ਼ੂ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਸਿਟੀ ਅੱਡਾ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਹੈਲਥ ਨੂੰ ਲੈ ਕੇ ਲਗਾਤਾਰ ਤੁਹਾਡੇ ਨਾਲ ਇਹੋ ਜਿਹੀ ਅਪਡੇਟ ਸਾਂਝੀ ਕਰਦੇ ਹਾਂ ਅਤੇ ਇੱਕ ਵਾਰ ਫਿਰ ਤੁਹਾਡੇ ਲਈ ਇੱਕ ਇਹੋ ਜਿਹੀ ਅਪਡੇਟ ਲੈ ਕੇ ਆਇਆ ਜੇ ਤੁਸੀਂ ਮਹਿੰਗੇ ਰੇਟਾਂ ਦੇ ਵਿੱਚ ਸਿਟੀ ਸਕੈਨ ਜਾਂ ਫਿਰ MRI ਕਰਾ ਕੇ ਅੱਕ ਚੁੱਕੇ ਹੋ ਤਾਂ ਹੁਣ ਤੁਹਾਨੂੰ ਲੈ ਕੇ ਆਏ ਹਾਂ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ ਜਿੱਥੇ ਬੜੇ ਘੱਟ ਰੇਟਾਂ ਦੇ ਵਿੱਚ ਜਿਹੜਾ ਵਾ MRI ਅਤੇ ਸਿਟੀ ਸਕੈਨ ਕੀਤੀ ਜਾਂਦੀ ਹੈ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਕ੍ਰਿਸ਼ਨਾ ਡਾਇਗਨੋਸਟਿਕ ਤੋਂ ਹਰਮਨ ਜੀ ਮੌਜੂਦ ਨੇ ਗੱਲ ਕਰਦੇ ਹਾਂ ਸਰ ਸਿਟੀ ਹੈਡਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਸਰ ਮੈਂ ਸਹੀ ਸੁਣਿਆ ਵੀ ਹਰ ਪਾਸਿਓਂ ਸਭ ਤੋਂ ਘੱਟ ਰੇਟਾਂ ਦੇ ਵਿੱਚ ਜਿਹੜਾ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ MRI ਸਿਟੀ ਸਕੈਨ ਵਗੈਰਾ ਕੀਤੇ ਜਾਂਦੇ ਨੇ ਅਫਕੋਰਸ ਸਰ ਸਾਡੇ ਕੋਲ ਬਹੁਤ ਘੱਟ ਰੇਟਾਂ ਦੇ ਸਕੈਨ ਅਵੇਲੇਬਲ ਹੈ ਸਰ ਜੇ ਗੱਲ ਕਰੀਏ ਕਿਹੜੇ ਕਿਹੜੇ ਟੈਸਟ ਹੈਗੇ ਨੇ ਆਪਣੇ ਕੋਲ ਅਤੇ ਉਹਨਾਂ ਦਾ ਕੀ ਕੁਛ ਪ੍ਰਾਈਜ਼ ਹੈ ਸਰ ਤੁਸੀਂ ਟੈਸਟ ਨੂੰ ਲੈ ਕੇ ਗੱਲ ਕਰ ਰਹੇ ਹੋ ਤਾਂ ਮੇਰੇ ਕੋਲ ਇੱਕ ਸ਼ੂਗਰ ਦਾ ਟੈਸਟ ਜਿੱਦਾਂ ਰੈਂਡਮ ਸ਼ੂਗਰ 13 ਰੁਪਏ ਦੀ ਜਸਟ ਟੈਸਟ ਹੈ ਕਿ 3 ਮਹੀਨੇ ਦੀ ਸ਼ੂਗਰ ਹੁੰਦੀ ਹੈ HbA1c ਕਹਿੰਦੇ ਉਹਨੂੰ 81 ਰੁਪੀਸ ਦੀ ਮੇਰੇ ਕੋਲ ਸਿਰਫ ਟੈਸਟ ਹੈ ਉਹ 81 ਰੁਪਏ ਦੀ ਬਾਹਰ ਸਰ 350-300 ਰੁਪਏ ਦੀ ਤਾਂ ਹੈਗੀ ਆ ਹਾਂਜੀ 4 ਗੁਣਾ ਫਰਕ ਹੋਊਗਾ ਸਰ ਇੱਕ ਕੋਈ RFT LFT ਕੋਈ ਲੀਵਰ ਕਿਡਨੀ ਦੇ ਟੈਸਟ ਕਰਵਾਉਂਦੇ ਨੇ 139 ਰੁਪੀਸ ਦੀ ਹੈ ਸਰ ਜਸਟ ਉਹ ਬਾਹਰ 500 ਰੁਪਏ ਦੀ 550-550 ਰੁਪਏ ਦਾ ਟੈਸਟ ਹੈ ਜਸਟ ਉਹ ਸਿੰਗਲ ਟੈਸਟ ਹੋਰ ਕਿਹੜੇ ਕਿਹੜੇ ਨੇ ਸਰ ਤੁਹਾਡੇ ਸਮੇਂ ਕੋਲ ਸਾਰੇ ਹੀ ਟੈਸਟ ਅਵੇਲੇਬਲ ਨੇ ਮੈਂ ਇੱਕ ਇੱਕ ਟੈਸਟ ਦੱਸਣ ਲੱਗ ਗਿਆ ਕਹਿ ਸਕਦੇ ਆ ਵੀ ਸਰ ਹੈਲਥ ਨੂੰ ਲੈ ਕੇ ਵੀ ਜਿਹੜੇ ਟੈਸਟ ਹੁੰਦੇ ਨੇ ਵੀ ਉੱਥੇ ਸਾਰੇ ਅਵੇਲੇਬਲ ਨੇ ਅਤੇ ਸਾਰੇ ਪਾਸਿਓ ਘੱਟ ਰੇਟਾਂ ਦੇ ਵਿੱਚ ਸਾਰੇ ਸਰ A to Z ਜਿਹੜਾ ਮਰਜ਼ੀ ਟੈਸਟ ਲਾ ਲਓ ਤੁਸੀਂ ਸਾਰੇ ਅਵੇਲੇਬਲ ਆ ਸਰ ਸਾਡੇ ਕੋਲ ਸਰ ਸਿਟੀ ਸਕੈਨ ਦੀ ਕੀ ਪ੍ਰਾਈਜ਼ ਹੈ ਸਿਟੀ ਸਕੈਨ 'ਚ ਸਰ ਸਿਟੀ ਬ੍ਰੇਨ ਦਾ ਤੁਸੀਂ ਲਾ ਲਓ ਰੇਟ ਲਾ ਲਓ 551 ਰੇਟ ਹੈ ਤਾਂ ਬਾਹਰ ਦੇ ਅਕੋਰਡਿੰਗ ਸਰ ਬਹੁਤ ਘੱਟ ਰੇਟ ਹੈ 4 ਗੁਣਾ 5 ਗੁਣਾ ਦਾ ਫਰਕ ਹੈ ਸਰ ਮੇਰੇ ਕੋਲ ਮੇਰੇ ਬਾਹਰ ਤੁਸੀਂ ਲਾ ਲਓ 3000 ਰੁਪਏ ਦਾ ਹੋਊਗਾ ਸਕੈਨ 2500-3000 ਰੁਪਏ ਦਾ ਮੇਰੇ ਕੋਲ 551 ਦਾ ਸਕੈਨ ਹੈ ਸਰ ਜੇ MRI ਦੀ ਗੱਲ ਕਰੀਏ ਉਹ ਵੀ ਆਪਣੇ ਕੋਲ ਅਵੇਲੇਬਲ ਤਾਂ ਹੈਗੀ ਉਹਦਾ ਕੀ ਰੇਟ ਹੈਗਾ ਅਤੇ ਕਿੱਦਾਂ ਲੋਕਾਂ ਨੂੰ ਵੀ ਦੱਸਾਂਗੇ ਆਪਾਂ MRI ਦਾ ਸਰ ਰੇਟ ਬ੍ਰੇਨ ਦੀ ਤੁਸੀਂ ਕੋਮਨ ਸਕੈਨ ਆ ਜਿਹੜੀ MRI ਬ੍ਰੇਨ ਲਾ ਲਓ ਮੇਰੇ ਕੋਲ 1333 ਰੁਪਏ ਦੀ ਹੈ ਬਾਹਰ ਸਰ 5000-5500 ਕੋਈ 6000 ਵੀ ਲੈਂਦੇ ਸਰ ਤਾਂ ਕੋਈ ਰੀੜ੍ਹ ਦੀ ਹੱਡੀ ਦੀ ਸਕੈਨ ਲਾ ਲਓ 200 ਲੰਬਰ ਸਰਵਾਈਕਲ 1300-1300 ਰੁਪਏ ਸਰ ਸਕੈਨ ਹੈ ਜਸਟ ਬਾਹਰ 6000 ਰੁਪਏ ਅਪਰੋਕਸ ਉਹਦਾ ਵੀ ਰੇਟ ਹੈਗਾ ਸਰ ਸਰ ਜਿੱਦਾਂ ਕਿ ਦੇਖਿਆ ਜਾਂਦਾ ਕਈ ਲੋਕ ਨਹੀਂ ਹੁੰਦੇ ਵੀ ਪੇ ਕਰ ਪਾਉਂਦੇ ਬੜੇ ਵੱਡੇ ਰੇਟ ਹੈਗੇ ਵੱਡੇ ਹਸਪਤਾਲਾਂ ਦੇ ਵਿੱਚ ਨਹੀਂ ਪੇ ਕਰ ਪਾਉਂਦੇ ਹੈਗੇ ਵੀ ਉਹਨਾਂ ਵਾਸਤੇ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਹੁਣ ਤੁਹਾਡੀ ਵੀਡੀਓ ਸਾਂਝੀ ਕਰਾਂਗੇ ਕ੍ਰਿਸ਼ਨਾ ਡਾਇਗਨੋਸਟਿਕ ਦੀ ਅਤੇ ਕੀ ਕਹੋਗੇ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਕਹੂੰਗਾ ਸਰ ਇੱਕ ਚਾਂਸ ਸਾਨੂੰ ਦਿਓ ਤੁਸੀਂ ਬਾਹਰ ਜਾਂਦੇ ਹੋ ਬਹੁਤ ਚਾਰਾ ਖਰਚਾ ਕਰਦੇ ਹੋ ਇੱਕ ਚਾਂਸ ਇੱਕ ਵਾਰੀ ਰਿਕੁਐਸਟ ਹੈ ਸਾਰਿਆਂ ਅੱਗੇ ਮੇਰਾ 'ਚ ਕੋਈ ਪਰਸਨਲ ਫਾਇਦਾ ਨਹੀਂ ਹੈਗਾ ਮੈਂ ਤੁਹਾਡੇ ਸਾਡੀ ਕੰਪਨੀ ਤੁਹਾਡੇ ਸੇਵਾ ਵਾਸਤੇ ਆਈ ਹੈ ਸਾਡਾ ਹਾਂਜੀ ਸਾਡਾ ਮੋਟੋ ਹੀ ਸਰ ਇਹ ਹੈ ਲੈਟਸ ਡੂ ਗੁੱਡ ਆਪਾਂ ਲੋਕਾਂ ਦਾ ਭਲਾ ਕਰੀਏ ਸਾਡਾ ਮੋਟੋ ਹੀ ਇਹ ਹੈ ਸਰ ਸਰ ਫੈਸਿਲਿਟੀ ਦੀ ਗੱਲ ਕਰਾਂ ਤਾਂ ਮੈਂ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ ਕੀ ਕੀ ਫੈਸਿਲਿਟੀ ਹੈ ਜਿੱਦਾਂ ਮਸ਼ੀਨਰੀ ਦੀ ਗੱਲ ਕਰ ਲਈਏ ਜਾਂ ਫਿਰ ਸਟਾਫਿੰਗ ਦੀ ਗੱਲ ਕਰ ਲਈਏ ਉਹ ਕਿਸ ਤਰ੍ਹਾਂ ਦੀ ਹੈ
ਸਰ ਮੇਰੇ ਕੋਲ MRI ਮਸ਼ੀਨ ਜਿਹੜੀ ਹੈਗੀ ਹੈ ਉਹ ਡੇ ਟੈਸਲਾ ਦੀ ਮਸ਼ੀਨ ਹੈ ਸਰ, ਤਾਂ ਸਿਟੀ ਸਕੈਨ ਮੇਰੇ ਕੋਲ 32 ਸਲਾਈਸ ਹੈ, 32 ਸਲਾਈਸ ਹੈ, ਤਾਂ ਅਵੇਲੇਬਲ ਸਰ ਆਪਾਂ ਮੈਂ ਲਾਸਟ ਟਾਈਮ ਵੀ ਦੱਸਿਆ ਤੁਹਾਨੂੰ, ਮੈਂ 24/7 ਅਵੇਲੇਬਲ ਹਾਂ ਸਰ, ਸਭ ਕੁਛ ਹੈ ਸਰ ਸਾਡੇ ਕੋਲ, ਸਿਟੀ MRI ਪੈਥੋ ਬਲੱਡ ਟੈਸਟ ਵਗੈਰਾ ਸਭ ਕੁਛ ਸਰ ਅਵੇਲੇਬਲ ਹੈ 24/7 ਹੈ, ਨਾਲੇ ਤੁਸੀਂ ਰਾਤੀ 2 ਵਜੇ ਆਓ ਭਾਵੇਂ ਦੁਪਹਿਰੇ 2 ਵਜੇ ਆਓ, ਆਪਾਂ ਸਰ ਸਾਡਾ ਸਟਾਫ ਇੱਥੇ ਅਵੇਲੇਬਲ ਮਿਲੂਗਾ। ਟਾਈਮਿੰਗ ਦੀ ਗੱਲ ਕਰੀਏ, ਟਾਈਮਿੰਗ ਕੋਈ ਨਹੀਂ ਹੈ, ਜਦੋਂ ਮਰਜ਼ੀ ਆ ਸਰ, ਜਦੋਂ ਮਰਜ਼ੀ ਆ ਸਕਦੇ ਸਰ, ਕੋਈ ਇਸ਼ੂ ਨਹੀਂ ਹੈਗਾ। ਕਿੱਥੇ? ਸਿਵਲ ਹਸਪਤਾਲ ਦੇ ਵਿੱਚ? ਸਿਵਲ ਹੋਸਪਿਟਲ ਫੀਲਡਗੰਜ ਵਿੱਚ ਸਾਡਾ ਸੈਂਟਰ ਹੈ ਸਰ, ਕ੍ਰਿਸ਼ਨਾ ਡਾਇਗਨੋਸਟਿਕ। ਸੇਵਾ ਹੀ ਕਰਦੇ ਹੋ ਸਰ? ਹਾਂਜੀ ਸਰ, ਸੇਵਾ। ਅੱਛਾ, ਸਾਡਾ ਮੋਟੋ ਇਹ ਹੈ ਸਰ। ਸਰ ਜੇ ਗੱਲ ਕਰੀਏ ਪੇਸ਼ੈਂਟਸ ਕਿੱਥੋਂ ਕਿੱਥੋਂ ਦੇ ਆਉਂਦੇ ਨੇ, ਵੀ ਕਈ ਵਾਰੀ ਤੁਹਾਡੇ ਕੋਲ ਇਹ ਵੀ ਪੇਸ਼ੈਂਟ ਆਉਂਦੇ ਹੋਣੇ ਵੀ ਜਿਹਨਾਂ ਕੋਲ ਪੈਸੇ, ਉਹ ਕਹਿੰਦੇ ਹੋਣਗੇ ਵੀ ਤੁਹਾਨੂੰ ਵੀ ਅਸੀਂ ਉੱਥੇ ਗਏ ਸੀ ਵੀ ਇੰਨੇ ਪੈਸੇ ਦਿੱਤੇ, ਇੱਥੇ ਆਏ ਅਤੇ ਇੰਨੇ ਘੱਟ ਰੇਟਾਂ ਦੇ ਵਿੱਚ, ਸਾਨੂੰ ਨਹੀਂ ਪਤਾ ਸੀ, ਇੱਦਾਂ ਕੋਈ ਆਏ? ਸਰ ਬਹੁਤ ਪੇਸ਼ੈਂਟ ਆਉਂਦੇ ਮੇਰੇ ਕੋਲ, ਰੋਜ਼ ਪੇਸ਼ੈਂਟ ਆਉਂਦੇ ਇੱਦਾਂ ਦੇ, ਬਹੁਤ ਸ਼ੁਕਰੀਆ ਕਰਕੇ ਜਾਂਦੇ ਸਾਡਾ। ਐਕਚੁਲੀ ਸ਼ੁਕਰੀਆ ਉਹਨਾਂ ਦਾ ਕਿ ਉਹ ਸਾਡੇ ਕੋਲ ਆਏ, ਉਹਨਾਂ ਨੇ ਵੀਡੀਓ 'ਤੇ ਦੇਖਿਆ ਸਾਂਝਾ, ਆਪਾਂ ਨੂੰ ਆਪਣਾ ਸਮਝਿਆ, ਉਹਨਾਂ ਨੇ ਸਾਡੇ ਕੋਲ ਆਏ, ਸਾਨੂੰ ਮੌਕਾ ਦਿੱਤਾ ਸੇਵਾ ਦਾ, ਥੈਂਕ ਯੂ ਉਹਨਾਂ ਦਾ ਐਕਚੁਅਲ। ਬਾਹਰ ਜਿੱਦਾਂ ਮਹਿੰਗੇ ਰੇਟਾਂ 'ਤੇ ਕਰਦੇ ਨੇ ਲੋਕ ਸਰ, ਲੋਕਾਂ ਨੂੰ ਨਾ ਪਤਾ ਨਹੀਂ ਹੁੰਦਾ ਹੈਗਾ ਵੀ ਕਿੰਨਾ ਕੁ ਲੱਗਣਾ ਹੈਗਾ, 3000 ਦਾ ਕੋਈ 5000 ਲੈ ਲੈਂਦਾ, ਕੋਈ 7000 ਲੈ ਲੈਂਦਾ, ਅਤੇ ਇਹੋ ਜਿਹੇ ਵੀ ਪੇਸ਼ੈਂਟਸ ਆਏ ਹੋਣਗੇ ਤੁਹਾਡੇ ਕੋਲ ਫਿਰ ਤਾਂ? ਸਰ ਲੋਕਾਂ ਦਾ ਇਹੀ, ਡਾਕਟਰਸ ਦਾ ਇਹੀ ਹੁੰਦਾ, ਲੋਕਾਂ ਦਾ ਇਹੀ ਹੁੰਦਾ ਕਿ ਮਤਲਬ ਜ਼ਿਆਦਾ ਤੋਂ ਜ਼ਿਆਦਾ ਪੇਸ਼ੈਂਟ ਤੋਂ ਮਤਲਬ ਕਰੀਏ ਆਪਾਂ, ਪੈਸੇ ਲਈਏ, ਠੀਕ ਹੈ, ਪਰ ਸਾਡਾ ਕੁਛ ਇੱਦਾਂ ਨਹੀਂ ਹੈਗਾ, ਆਪਾਂ ਕਰਨ ਹੀ ਸਰ ਭਲਾ ਆਏ ਹਾਂ, ਜੇ ਆਪਾਂ ਰੇਟ ਵਧਾਉਣੇ ਹੀ ਹੁੰਦੇ ਤਾਂ ਆਪਾਂ ਮਤਲਬ ਕਰਦੇ ਹੀ ਕਿਉਂ, ਆਪਾਂ ਸਕੈਨ ਦੇ ਰੇਟ ਘਟਾਏ ਹੀ ਤਾਂ ਆਏ ਹਾਂ ਕਿ ਆਪਾਂ ਲੋਕਾਂ ਦਾ ਭਲਾ ਕਰੀਏ, ਜਿਹੜੀ ਉਹਨਾਂ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਹੈ ਸਸਤੇ ਰੇਟ 'ਤੇ, ਉਹ ਮਹਿੰਗੇ ਰੇਟ 'ਤੇ ਨਾ ਜਾਣੋ ਸਾਡੇ ਕੋਲ ਹੀ ਰਹਿਣ। ਸਰ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਹੁਣ ਤੁਹਾਡੇ ਕੋਲ ਜਾਂ ਆਉਂਦੇ ਹੋਣੇ, ਅਤੇ ਜਾਂ ਅੱਗੇ ਹੋਰ ਵੀ ਉਹਨਾਂ ਨੂੰ ਦੱਸਦੇ ਹੋਣੇ ਵੀ ਉੱਥੇ ਜਾਓ ਇੰਨੇ ਇੰਨੇ ਕੁ ਰੇਟਾਂ ਦੇ ਵਿੱਚ ਹੁੰਦਾ ਹੈਗਾ? ਅਫਕੋਰਸ ਸਰ ਮੇਰੇ ਕੋਲ ਪੂਰੇ ਪੰਜਾਬ ਤੋਂ ਆਉਂਦੇ ਨੇ ਪੇਸ਼ੈਂਟ, ਕਈ ਵਾਰੀ ਪੰਜਾਬ ਤੋਂ ਬਾਹਰ ਤੋਂ ਵੀ ਆਉਂਦੇ ਨੇ ਪੇਸ਼ੈਂਟ, ਕੁਛ ਇੱਦਾਂ ਨਹੀਂ ਹੈਗਾ ਕਿ ਮਤਲਬ ਲੁਧਿਆਣਾ ਹੀ ਆ ਰਿਹਾ ਮੇਰੇ ਕੋਲ ਬਠਿੰਡੇ ਤੋਂ, ਅੰਮ੍ਰਿਤਸਰ ਤੋਂ, ਸਾਰੇ ਪਾਸਿਓਂ ਆ ਰਹੇ ਸਰ ਪੇਸ਼ੈਂਟ। ਸਰ ਗੱਲ ਕਰੀਏ ਸਿਟੀ ਸਕੈਨ ਜਾਂ ਫਿਰ MRI ਜਾਂ ਹੋਰ ਕਿਹੜੀਆਂ ਕਿਹੜੀਆਂ ਸੁਵਿਧਾ ਤੁਹਾਡੇ ਕੋਲ ਹੈਗੀ ਹੈ ਜਿਹੜੇ ਹੈਲਥ ਨੂੰ ਲੈ ਕੇ ਲੋਕ ਤੁਹਾਡੇ ਕੋਲ ਇੱਥੇ ਆਉਂਦੇ ਨੇ? ਦੇਖੋ ਇੱਕ ਮੋਸਟ ਇੰਪੋਰਟੈਂਟ ਜਿਹੜਾ ਹੈਗਾ ਸਾਡੇ ਕੋਲ ਚੀਪ ਰੇਟ ਨੇ। ਸੈਕਿੰਡ ਆਫ ਆਲ ਆਪਾਂ ਜਿਹੜੇ ਕੋਈ ਬਲੱਡ ਟੈਸਟ ਕਰਵਾਉਣੇ ਨੇ, ਆਪਾਂ ਸਾਡੇ ਕੋਲ ਬੰਦੇ ਹੈਗੇ ਨੇ ਜਿਹੜੇ ਘਰੇ ਜਾ ਕੇ ਸੈਂਪਲ ਲੈ ਕੇ ਆ ਸਕਦੇ ਨੇ, ਤਾਂ ਇੱਕ 24/7 ਹੈਗੇ ਆਪਾਂ, ਤਾਂ ਸਾਡੀ ਟਾਈਮਿੰਗ ਦਾ ਵੈਸੇ ਬਹੁਤ ਵੱਡਾ ਇਫੈਕਟ ਪੈਂਦਾ ਲੋਕਾਂ 'ਤੇ, ਕਿਉਂਕਿ ਅੱਧੀ ਰਾਤ ਵੀ ਲੋਡ ਪੈ ਜਾਂਦੀ ਹੈ, ਉਸ ਕਰਕੇ ਵੀ ਪਲੱਸ ਪੁਆਇੰਟ ਹੈਗਾ। ਸਰ ਜੇ ਗੱਲ ਕਰੀਏ ਜਿੱਦਾਂ ਬਾਹਰ ਤਾਂ ਕਾਫੀ ਜ਼ਿਆਦਾ ਰੇਟ ਲੈ ਲੈਂਦੇ ਨੇ, 2500-3000 ਵੀ ਹੋਰ ਵੱਧ ਵੀ ਲੈ ਲੈਂਦੇ ਨੇ, ਅਤੇ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ ਗੱਲ ਕਰੀਏ ਹਰੇਕ ਚੀਜ਼ ਦੀ ਕੀ ਪ੍ਰਾਈਸ ਕੀ ਹੈਗੇ ਉਹਦੇ? ਅਫਕੋਰਸ ਸਰ ਸਾਡੇ ਰੇਟ ਕਾਫੀ ਘੱਟ ਨੇ, ਸਿਟੀ ਸਕੈਨ ਬ੍ਰੇਨ ਦਾ ਰੇਟ ਸਾਡੇ ਕੋਲ ਹੈਗਾ 551, ਤਾਂ ਫੇਸ ਦਾ ਹੈਗਾ 973, ਮਤਲਬ ਕਾਫੀ ਰੇਟ ਘੱਟ ਨੇ। MRI ਤੁਸੀਂ ਲਾ ਲਓ, ਕੋਈ ਲੰਬਰ ਸਪਾਈਨ ਦੀ ਲਾ ਲਓ, ਕੋਈ ਰੀੜ ਦੀ ਹੱਡੀ ਕਿਸੇ ਨੇ ਕਰਵਾਉਣੀ ਹੋਵੇ, ਲੰਬਰ ਸਪਾਈਨ ਲਾ ਲਓ, ਡੋਰਸਲ ਲਗਾ ਲਓ, ਸਰਵਾਈਕਲ ਲਾ ਲਓ, 1300-1300 ਰੁਪਏ ਜਸਟ। ਸਰ ਜੇ ਗੱਲ ਮੈਂ ਟੋਕ ਰਿਹਾ ਵੀ ਮੈਂ ਜੇ ਕਹਾਂ ਬਾਹਰ ਕਿੰਨੇ ਕੁ ਰੇਟਾਂ ਦੇ ਵਿੱਚ ਕੀਤਾ ਜਾਂਦਾ ਅਤੇ ਹੁਣ ਕ੍ਰਿਸ਼ਨਾ ਡਾਇਗਨੋਸਟਿਕ, ਡਿਫਰੈਂਸ ਕੀ ਹੈ ਉਹਦਾ? ਸਰ ਡਿਫਰੈਂਸ ਇੱਦਾਂ ਕਿ ਤੁਸੀਂ ਐਗਜ਼ਾਮਪਲ ਹੈ ਮੇਰੇ ਕੋਲ 1333 ਰੁਪਏ ਦੀ MRI ਬ੍ਰੇਨ ਹੈ, ਤਾਂ ਬਾਹਰ ਸਰ ਉਹ ਰਾਊਂਡ ਉਹ 5000 ਰੁਪਏ ਦਾ ਹੋਣੀ ਹੈ, ਹੱਸ ਕੇ ਹੋਣੀ ਹੈ ਸਰ, 5000 ਰੁਪਏ ਦਾ ਹੋਣੀ ਹੈ। ਸਰ MRI MRI ਹੀ ਸਰ ਦੱਸੀ ਮੈਂ, ਸਿਟੀ ਸਕੈਨ, ਸਿਟੀ ਸਕੈਨ 551 ਦੀ ਹੈ ਮੇਰੇ ਕੋਲ, ਸਿਟੀ ਬ੍ਰੇਨ ਇੱਕ 551 ਦੀ ਹੈ, ਤਾਂ ਬਾਹਰ ਤੁਸੀਂ ਰੇਟ ਲਾ ਲਓ ਇਹਦਾ 2000
2500 ਇੰਨਾ ਤਾਂ ਹੈਗਾ ਹੀ ਆ ਸਾਰੇ, ਬਾਕੀ ਆਪਣੇ ਆਪਣਾ ਰੇਟ ਲਾਉਂਦੇ ਨੇ, ਕੋਈ 2500 ਕੋਈ 3000 ਵੀ ਲਾਉਂਦਾ, ਉਹ ਸਰ ਸਾਰੇ ਆਪਣਾ ਆਪਣਾ ਰੇਟ ਹੁੰਦਾ, ਮਤਲਬ 4-5 ਗੁਣਾ ਦਾ ਫਰਕ ਹੈਗਾ ਬਾਹਰ ਦੇ ਲੋਕਾਂ ਬਾਹਰ ਦੇ ਜਿੱਦਾਂ ਹੋਸਪਿਟਲਾਂ ਦੇ ਵਿੱਚ। ਹਾਂਜੀ ਹਾਂਜੀ। ਅਤੇ ਸਰ ਜੇ ਗੱਲ ਕਰੀਏ ਟਾਈਮਿੰਗ ਦੀ, ਟਾਈਮਿੰਗ ਕੀ ਹੁੰਦੀ ਆਪਣੇ ਕ੍ਰਿਸ਼ਨਾ ਡਾਇਗਨੋਸਟਿਕ ਦੀ, ਵੀ ਕਸਟਮਰ ਵੀ ਕਦੋਂ ਪੇਸ਼ੈਂਟ ਵੀ ਆ ਸਕਦੇ ਨੇ? ਸਰ ਪੇਸ਼ੈਂਟ ਸਾਡੇ ਕੋਲ 24/7 ਅਵੇਲੇਬਲ ਹੈ ਸਰਵਿਸ। ਹੁਣ ਸਰ ਕਿਉਂ ਵੀ ਸਾਰੇ ਪਾਸੇ ਉਹ ਸਸਤਾ ਕਿਉਂ ਹੈ, ਕੀ ਕਾਰਨ ਹੈ? ਕਿਉਂਕਿ ਲੋਕਾਂ ਨੇ ਵੀਡੀਓ ਸੁਣਨੀ ਹੈ ਅਤੇ ਦੇਖਣੀ ਅਤੇ ਕਹਿਣਾ ਵੀ ਸਸਤਾ ਕਿਉਂ ਕਰਦੇ ਆ, ਵੀ ਨੈਗੇਟਿਵ ਪਾਸੇ ਲੈ ਜਾਂਦੇ ਕਈ ਵਾਲੇ। ਸਰ ਨੈਗੇਟਿਵ ਪਾਸੇ ਤਾਂ ਕੁਛ ਪਲੱਸ ਪੁਆਇੰਟ ਵੀ ਹੁੰਦੇ, ਕੋਈ ਨੈਗੇਟਿਵ ਇੰਪੈਕਟ ਵੀ ਹੁੰਦਾ ਹੀ ਆ, ਉਹ ਤਾਂ ਮੈਂ ਸਮਝਦਾ ਗੱਲ, ਪਰ ਰੇਟ ਸਸਤੇ ਤਾਂ ਨੇ, ਆਪਾਂ ਲੋਕਾਂ ਦੀ ਸੇਵਾ ਕਰਨ ਵਾਸਤੇ ਆਏ ਹਾਂ। ਸਾਡੀ ਜਿਹੜੀ ਕੰਪਨੀ ਉਹਨਾਂ ਦਾ ਮੋਟੋ ਹੀ ਇਹ ਹੈ ਕਿ ਲੋਕਾਂ ਦੀ ਆਪਾਂ ਸੇਵਾ ਕਰਨੀ ਹੈ। ਹਾਂਜੀ, ਤਾਂ ਸੇਵਾ ਸਰ ਫਿਰ ਹੁਣ ਰੇਟ ਤੁਹਾਨੂੰ ਰੇਟ ਤੋਂ ਹੀ ਹੋਊਗਾ ਸਰ ਮੇਨਲੀ। ਹਾਂ, ਜੇ ਕਹਿ ਸਕਦੇ ਹਾਂ ਵੀ ਸਾਰੇ ਪਾਸੋਂ ਚੌਥਾ ਹਿੱਸਾ ਜਿਹੜਾ ਉਹ ਲੱਗਦਾ ਹੈਗਾ। ਅਫਕੋਰਸ ਚੌਥਾ ਹਿੱਸਾ ਹੀ ਹੈ। ਹਾਂਜੀ ਹਾਂਜੀ। ਸਰ ਪੇਸ਼ੈਂਟ ਦੀ ਗੱਲ ਕਰਾਂ ਤਾਂ ਪੇਸ਼ੈਂਟ ਕਿੱਥੋਂ ਕਿੱਥੋਂ ਆਉਂਦੇ ਨੇ ਇੱਥੇ, ਅਤੇ ਕਈ ਵੀਡੀਓ ਚੱਲੀ, ਪਹਿਲਾਂ ਵੀ ਤੁਹਾਡੀ ਵੀਡੀਓ ਚੱਲੀ, ਉਹਦੇ ਵਿੱਚ ਇਹ ਕਾਫੀ ਲੋਕਾਂ ਨੇ ਕਮੈਂਟ ਕੀਤਾ, ਐਡਰੈਸ ਦਾ ਜ਼ਿਕਰ ਕੀਤਾ, ਅਤੇ ਫਿਰ ਤੁਹਾਡੇ ਨਾਲ ਨਸ਼ਾ ਸੀ ਕੰਟੈਕਟ ਕੀਤਾ, ਐਡਰੈਸ ਬੜਾ ਪੁੱਛਿਆ ਲੋਕਾਂ ਨੇ। ਕੋਈ ਨਹੀਂ ਸਰ, ਐਕਟੀ ਐਡਰੈਸ ਆਪਾਂ ਪ੍ਰੋਵਾਈਡ ਕਰਦੇ ਹਾਂ ਪ੍ਰੋਪਰਲੀ। ਵੈਸੇ ਸਿਵਲ ਹੋਸਪਿਟਲ ਹੈ ਫੀਲਡਗੰਜ ਦੇ ਵਿੱਚ, ਲੁਧਿਆਣਾ ਸ਼ਹਿਰ ਦੇ ਵਿੱਚ, ਤਾਂ ਨੰਬਰ ਮੈਂ ਲਾਸਟ ਟਾਈਮ ਵੀ ਪ੍ਰੋਵਾਈਡ ਕਰਤਾ ਸੀ, ਹੁਣ ਵੀ ਥੱਲੇ ਆਪਾਂ ਸਕਰੀਨ 'ਤੇ ਕਰਾਂਗੇ, ਤਾਂ ਤੁਸੀਂ ਆਓ ਸਰ, ਜਿਹਨੂੰ ਕੋਈ ਦਿੱਕਤ ਪਰੇਸ਼ਾਨੀ ਆ ਪਲੀਜ਼ ਆਓ। ਸਰ ਕੀ ਪੇਸ਼ੈਂਟਸ ਕਿਤੋਂ ਵੀ ਆ ਸਕਦੇ ਆ ਜਾਂ ਫਿਰ ਸਿਵਲ ਹਸਪਤਾਲ ਦੇ, ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਹੈਗਾ ਕ੍ਰਿਸ਼ਨਾ ਡੈਕ? ਨਹੀਂ ਨਹੀਂ ਸਰ, ਇੱਦਾਂ ਨਹੀਂ ਹੈਗਾ, ਸਿਵਲ ਹੋਸਪਿਟਲ ਦੇ ਵੀ ਆ ਸਕਦੇ ਨੇ, ਜਿਹੜੇ ਮਰਜ਼ੀ ਡਾਕਟਰ ਤੋਂ ਰਿਟਰਨ ਹੋਣਾ ਚਾਹੀਦਾ, ਆਪਾਂ ਸਕੈਨ ਕਰਨ ਨੂੰ ਤੁਹਾਡੀ ਸੇਵਾ 'ਚ ਬੈਠੇ ਹਾਂ ਸਰ। ਮਤਲਬ ਕੁਛ ਪੇਸ਼ੈਂਟਸ ਕੋਈ ਵੀ ਹੋਵੇ, ਜਿੱਦਾਂ ਦਾ ਮਰਜ਼ੀ ਪੇਸ਼ੈਂਟ ਹੋਵੇ, ਤੁਹਾਡੇ ਕੋਲ ਆ ਸਕਦਾ? ਹਾਂਜੀ ਹਾਂਜੀ ਸਰ, ਕੋਈ ਵੀ ਹੋਵੇ ਪੇਸ਼ੈਂਟ, ਕੋਈ ਇੱਦਾਂ ਦੀ ਦਿੱਕਤ ਨਹੀਂ ਕਿ ਸਿਵਲ ਤੋਂ ਹੋਵੇ, ਜਿਹੜੇ ਮਰਜ਼ੀ ਡਾਕਟਰ ਤੋਂ ਰਿਟਰਨ 'ਚ ਹੋਵੇ, ਆਪਾਂ ਸਕੈਨ ਕਰ ਦਾਂਗੇ ਸਰ। ਠੀਕ ਹੈ ਸਰ। ਸੋ ਤੁਹਾਡੇ ਲਈ ਵੀਡੀਓ ਬੜੀ ਖਾਸ ਹੈ, ਕਿਉਂਕਿ ਇਹ ਹੈਲਥ ਨੂੰ ਲੈ ਕੇ ਜਿਹੜੀ ਹੈ ਤੁਹਾਡੇ ਲਈ ਖਬਰ ਸਾਂਝੀ ਕੀਤੀ ਹੈ, ਅਤੇ ਹੁਣ MRI ਅਤੇ CT ਸਕੈਨ ਬੜੇ ਘੱਟ ਰੇਟਾਂ ਦੇ ਵਿੱਚ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਆ ਕੇ ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ ਕਰਾ ਸਕਦੇ ਹੋ। ਅਕਸਰ ਦੇਖਿਆ ਜਾਂਦਾ ਹੈ ਕਿ ਵੱਡੇ ਵੱਡੇ ਜਿਹੜੇ ਚਾਰਜਿਸ ਹੈ ਉਹ ਲਗਾ ਦਿੱਤੇ ਜਾਂਦੇ ਨੇ, ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕ੍ਰਿਸ਼ਨਾ ਡਾਇਗਨੋਸਟਿਕ ਦੇ ਵਿੱਚ ਬੜੇ ਸਸਤੇ ਰੇਟਾਂ ਦੇ ਵਿੱਚ ਇਹ CT ਸਕੈਨ, MRI ਅਤੇ ਹੋਰ ਵੀ ਹੈਲਥ ਨੂੰ ਲੈ ਕੇ ਬੜੇ ਚੈੱਕਅਪ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਕੈਮਰਾਮੈਨ ਵਿਪਿਨ ਬੱਸੀ ਦੇ ਨਾਲ ਦਾ ਸਿਟੀ ਹੈਡਲਾਈਨ ਜੈ ਕੁਮਾਰ।